ਉਹ ਆਪਾਂ ਛੱਡ ਨਹੀਂ ਰਹੇ ਮੈਂ ਇੱਕ ਟੋਕ ਕੇ ਕਹਿਣਾ ਕਿ ਰਾਜੋਆਣਾ ਕਦੀ ਬਾਹਰ ਨਹੀਂ ਆਊਗਾ ਸੁਖਬੀਰ ਬਾਦਲ ਜਿੰਨੀਆਂ ਮਰਜ਼ੀ ਲੇਲੜੀਆਂ ਕਰਦੇ ਮੈਂ ਰਵਨੀਤ ਬੁੱਟੂ ਦੇ ਬਿਆਨ ਤੇ ਮੈਂ ਬੜਾ ਹੈਰਾਨੀ ਪ੍ਰਗਟ ਕਰਦਾ ਮੈਂ ਰਵਨੀਤ ਬਿੱਟੂ ਜੀ ਨੂੰ ਕਹਿਣਾ ਚਾਹੁੰਦਾ ਮੈਨੂੰ ਲੇਲੜੀਆਂ ਕੱਢਣੀਆਂ ਪੈਣ ਪੈਰੀ ਹੱਥ ਲਾਉਣੇ ਪੈਣ ਨੰਗੇ ਪੈਰੀ ਜਾਣਾ ਪਏ ਕਿੱਥੇ ਵੀ ਜਾਣਾ ਪਏ ਮੈਂ ਜਾਊਂਗਾ ਐਜ਼ ਪ੍ਰੈਜ਼ੀਡੈਂਟ ਅਕਾਲੀ ਦਲ ਜਾਊਂਗਾ ਐਜ਼ ਅ ਸਿੱਖ ਜਾਊਂਗਾ ਕਿ ਜਿਹੜੇ ਆਪਣੇ ਵੀਰ ਜਿਹੜੇ 26-26 ਸਾਲ ਜੇਲ੍ਹਾਂ 'ਚ ਹੈ ਉਹਨਾਂ ਨੂੰ ਰਿਹਾਅ ਕਰਨ ਵਾਸਤੇ ਉਹਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਜੋ ਕਰਨਾ ਪਏ ਅਤੇ ਸਾਡੀ ਪਾਰਟੀ ਨੂੰ ਜੋ ਕਰਨਾ ਪਏ ਅਸੀਂ ਕਰਾਂਗੇ ਉਹ ਆਪਾਂ ਛੱਡ ਨਹੀਂ ਰਹੇ ਮੈਂ ਰਵਨੀਤ ਬੁੱਟੂ ਦੇ ਬਿਆਨ 'ਤੇ ਮੈਂ ਬੜਾ ਹੈਰਾਨੀ ਪ੍ਰਗਟ ਕਰਦਾ ਮੈਂ ਰਵਨੀਤ ਬਿੱਟੂ ਜੀ ਨੂੰ ਕਹਿਣਾ ਚਾਹੁੰਦਾ ਮੈਨੂੰ ਲੇਲੜੀਆਂ ਕੱਢਣੀਆਂ ਪੈਣ ਪੈਰੀ ਹੱਥ ਲਾਉਣੇ ਪੈਣ ਨੰਗੇ ਪੈਰੀ ਜਾਣਾ ਪਏ ਕਿੱਥੇ ਵੀ ਜਾਣਾ ਪਏ ਮੈਂ ਜਾਊਂਗਾ ਐਜ਼ ਪ੍ਰੈਜ਼ੀਡੈਂਟ ਅਕਾਲੀ ਦਲ ਜਾਊਂਗਾ ਐਜ਼ ਅ ਸਿੱਖ ਜਾਊਂਗਾ ਕਿ ਜਿਹੜੇ ਆਪਣੇ ਵੀਰ ਜਿਹੜੇ 26-26 ਸਾਲ ਜੇਲ੍ਹਾਂ 'ਚ ਹੈ ਉਹਨਾਂ ਨੂੰ ਰਿਹਾਅ ਕਰਨ ਵਾਸਤੇ ਉਹਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਜੋ ਕਰਨਾ ਪਏ ਅਤੇ ਸਾਡੀ ਪਾਰਟੀ ਨੂੰ ਜੋ ਕਰਨਾ ਪਏ ਅਸੀਂ ਕਰਾਂਗੇ